ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਜੱਟਾਂ ਅਤੇ ਗੁੱਜਰਾਂ ਦਾ ਜਿਹੜਾ ਤਖਲਸ ਹੈਗਾ ਉਹ ਚੌਧਰੀ ਹੈਗਾ। ਖੱਤਰੀ, ਬਾਣੀਆਂ, ਭਾਟੀਆ, ਇਹ ਜਿਹੜੇ ਦੁਕਾਨਦਾਰ ਕਰਦੇ ਦੁਕਾਨਦਾਰੀ, ਇਹਨਾਂ ਦਾ ਹੈਗਾ ਲਾਲਾ। ਸਤਿਗੁਰੂ ਨਾਨਕ ਦੇਵ ਜੀ ਲਾਲੇ ਸਨ ਖੱਤਰੀ। ਇਹ ਸਾਰੇ ਸਤਿਗੁਰੂ, ਛੇ ਸਤਿਗੁਰੂ ਅਤੇ ਚਾਰ ਸੱਚੇ ਪਾਤਸ਼ਾਹ, ਛੇ ਇਹ ਖੱਤਰੀ ਸੀਗੇ। ਪਹਿਲਾਂ ਬੇਦੀ, ਫਿਰ ਸੋਢੀ, ਅਤੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਵੀ ਸੋਢੀ ਸਨ, ਖੱਤਰੀ ਸਨ। ਅਤੇ ਇਹਨਾਂ ਨੇ ਉਹ ਚੁਣਿਆ ਸੀ ਫਿਰ ਸੋਢੀ ਖੱਤਰੀ, ਸ਼ੈਤਾਨ ਬੰਦਾ ਬਹਾਦਰ ਮਨਮੁੱਖ। ਅਤੇ ਉਹਨੇ ਫਿਰ ਆਪਣੀ ਕਰਤੂਤਾਂ ਦਿਖਾ ਲਈਆਂ ਵੀ ਅਸੀਂ ਸੋਢੀ ਖੱਤਰੀ ਕਿੱਦਾਂ ਦੇ ਹੁੰਦੇ ਹਾਂ। ਜਿਹੜਾ ਬੇਦੀ ਖੱਤਰੀ ਸੀਗੇ ਉਹ ਹੈਗਾ ਵੀ ਵੇਦਾਂ ਦਾ ਇਲਮ, ਯਾਨੀ ਕਿ ਵੇਦ ਪੜ੍ਹਦੇ ਸੀਗੇ। ਇਹਨਾਂ ਕੋਲ ਸੀਗਾ ਪੁੱਤ ਜੰਮਣ ਖਤਰਾਨੀਆਂ ਕੋਈ ਕੋਈ ਬਾਹਮਣੀਆਂ, ਮਤਲਬ ਇਹ ਹੈਗਾ ਵੀ ਇਹ ਮਸ਼ਹੂਰ ਹੋ ਗਿਆ ਸੀ ਕਿ ਇੰਨੇ ਆਲਮ ਸੀਗੇ ਕਿ ਜਿਹੜੇ ਬਾਹਮਣ ਹੈਗੇ ਨਾ, ਜਿਹੜਾ ਕੌਮਾਂ ਦੇ ਸਾਫ਼ ਸੁੱਤ ਹੋਏ ਗੌੜ ਹੋਏ, ਇਹ ਕੌਮਾਂ ਦੇ ਲੋਕ ਜਿਹੜੇ ਬਾਹਮਣ ਦਾ ਕੰਮ ਕਰਦੇ ਸੀ, ਇਹਨਾਂ ਨਾਲ ਵੀ ਇਹ ਚਤੁਰ ਚਲਾਕ ਹੁੰਦੇ ਸੀਗੇ। ਵੇਦਾਂ 'ਚ ਇਹਨਾਂ ਦੇ ਕਾਫ਼ੀ ਨੌਲੇਜ ਹੁੰਦਾ ਸੀਗਾ, ਅਤੇ ਇਸ ਕਰਕੇ ਕਲਯੁਗ ਵਿੱਚ ਫਿਰ ਇੱਕ ਸ਼ੈਤਾਨ ਬਣ ਜਾਂਦੇ ਕਿ ਉਹ ਤ੍ਰੇਤੇ 'ਚ ਦੇਵਤਾ ਸੀਗੇ, ਕਲਯੁਗ ਵਿੱਚ ਆਪਣੀ ਪਾਖਿਆ ਬਦਲ ਕੇ ਇੱਕ ਨੰਬਰ 'ਤੇ ਸ਼ੈਤਾਨ ਬਣ ਜਾਂਦੇ ਨੇ। ਅਤੇ ਯਾਦਵ ਜਿਹੜੇ ਸੀਗੇ ਦੁਆਪਰ 'ਚ ਮੂਰਖ ਸਨ, ਅਤੇ ਕਲਯੁਗ ਵਿੱਚ ਭਗਤ ਬਣ ਜਾਂਦੇ ਨੇ। ਸਾਰਿਆਂ ਨਾਲੋਂ ਜ਼ਿਆਦਾ ਸਿੱਖੀ ਜੱਟਾਂ ਨੇ ਅਪਣਾਈ, ਅਬਾਊਟ 65-70%, ਖੱਤਰੀਆਂ ਨੇ ਲੈੱਸ ਦੈਨ 1%, ਸਾਰਿਆਂ ਨਾਲੋਂ ਘੱਟ, ਸਾਰੀਆਂ ਜਾਤਾਂ ਨਾਲੋਂ ਘੱਟ ਖੱਤਰੀਆਂ ਨੇ। ਅਤੇ ਜਦੋਂ ਉਹ ਫਿਰ ਹੁਣ ਗੁਜ਼ਰ ਗਿਆ ਅਤੇ ਲੋਕਾਂ ਨੇ ਉਹਨਾਂ ਦੀ, ਜਿੱਦਾਂ ਜੱਟਾਂ ਨੇ ਉਹਨਾਂ ਦੀ ਹੋਰ ਅਪਣਾਈ ਕੀਤੀ, ਤਾਂ ਫਿਰ ਇਹ ਵੀ ਉੱਠ ਖੜ੍ਹੇ ਹੋਏ। ਕਹਿੰਦੇ ਸੀ ਸਾਡੇ ਉਹ ਖੱਤਰੀ ਸੀਗੇ ਸਤਿਗੁਰੂ, ਅਤੇ ਬਣਾ ਕੇ ਗੁਰਦੁਆਰੇ ਅਤੇ ਹੋਰ ਇੱਦਾਂ ਦੇ ਅਸਥਾਨ ਬਣਾ ਕੇ ਅਤੇ ਪੂਜਾ ਦਾ ਧਾਨ ਇਕੱਠਾ ਕਰਨ ਲੱਗ ਪਏ ਨੇ। ਅਤੇ ਇਸ ਕਰਕੇ ਇਹਨਾਂ ਤੋਂ ਬਚ ਕੇ ਰਹੋ। ਇਹੋ ਜੀਜ਼ ਨੇ ਕਿਹਾ ਸੀ ਕਿ ਪਹਿਲਾਂ ਤਾਂ ਇਹਨਾਂ ਨੇ ਆਪਣੇ ਪ੍ਰੋਫਿਟ ਜਿਹੜੇ ਆਏ ਸੀ ਉਹਨਾਂ ਨੂੰ ਮਾਰਿਆ, ਫਿਰ ਉਹਨਾਂ ਦੇ ਬਣਾ ਕੇ ਮੈਮੋਰੀਅਲ ਅਤੇ ਬਹਿ ਗਏ ਵੀ ਇਹ ਸਾਡਾ ਪ੍ਰੋਫਿਟ ਸੀਗਾ, ਕਿਉਂਕਿ ਜੇ ਅਸੀਂ ਹੁੰਦੇ ਅਸੀਂ ਨਾ ਇੱਦਾਂ ਕਰਦੇ, ਅਸੀਂ ਨਾ ਮਾਰਦੇ ਇਹਨਾਂ ਨੂੰ। ਇੱਦਾਂ ਹੀ ਖੱਤਰੀ ਹੈਗੇ ਨੇ ਹੁਣ, ਜਦੋਂ ਸੀਗੇ ਜੀਂਦੇ ਸੀਗੇ ਇੱਕ ਨੰਬਰ ਦੇ ਦੁਸ਼ਮਣ ਇਹ ਖੱਤਰੀ ਸੀਗੇ, ਅਤੇ ਹੁਣ ਉਹਨਾਂ ਦੇ ਮੋਹਰੀ ਬਣੇ ਬੈਠੇ ਨੇ। ਅਤੇ ਇਹੋ ਹੀ ਇਹ ਕਹਿੰਦੇ ਨੇ ਜੇ ਅਸੀਂ ਹੁੰਦੇ ਅਸੀਂ ਨਾ ਉਹਨਾਂ ਨੂੰ ਤਸੀਹੇ ਦਿੰਦੇ, ਜਿੱਦਾਂ ਚੰਦੂ ਨੇ ਦਿੱਤਾ ਸੀਗਾ ਸਤਿਗੁਰੂ ਅਰਜਨ ਦੇਵ ਜੀ ਨੂੰ, ਅਤੇ ਤੇਗ ਬਹਾਦਰ ਦਾ ਸਿਰ ਲਾਇਆ ਸੀਗਾ ਆਪਣੇ ਕਸ਼ਮੀਰ ਦੇ ਖੱਤਰੀਆਂ ਨੇ, ਜਿਹੜੇ ਕਿ ਸਾਫ ਸੁੱਤ ਅਤੇ ਹੋਰ ਖੱਤਰੀ ਅਤੇ ਨਾਲੇ ਬਾਹਮਣ ਦਾ ਕੰਮ ਕਰਨ ਵਾਲੀਆਂ ਕੌਮਾਂ ਨੇ ਨਾ, ਇਹ ਮਿਲ ਕੇ ਤਾਂ ਫਿਰ ਇਹ ਸਿਰ ਲਾਇਆ ਸੀ ਖੱਤਰੀਆਂ ਨੇ ਖਾਸ ਕਰਕੇ। ਖੱਤਰੀ ਜਦੋਂ ਮੁਹੰਮਦਨ ਬਣੇ ਇਹ ਆਪਣੀ ਕੌਮ ਬਦਲਦੇ ਹੁੰਦੇ ਸੀ, ਕਦੀ ਸ਼ੇਖ ਕਲਾਉਣਾ ਕਦੇ ਸੈਯਦ ਬਣ ਜਾਣਾ, ਅਤੇ ਇਸ ਕਰਕੇ ਮਸ਼ਹੂਰ ਹੋ ਗਿਆ ਸੀ ਜਿਸ ਸੂਰ ਦਾ ਕੁਛ ਨਾ ਬਣੇ ਉਹਦਾ ਬਣੇ ਖੇਸ, ਜਿਹਦੀ ਕੋਈ ਜਾਤ ਨਾ ਉਹ ਸ਼ੇਖ ਯਾਨੀ ਕਿ ਹਰਾਮੀ। ਇਹ ਪਹਿਲੇ ਸਾਲ ਸ਼ੇਖ, ਦੂਜੇ ਸਾਲ ਸੈਯਦ, ਇੱਦਾਂ ਇਹ ਬਦਲਦੇ ਸੀਗੇ ਆਪਣਾ ਰੰਗ, ਜਿੱਦਾਂ ਦਾ ਮੌਕਾ ਦੇਖਣਾ ਉੱਦਾਂ ਦਾ ਰੰਗ ਬਦਲ ਲੈਣਾ। ਅਪਰਚੂਨਿਸਟ ਹੈਗੇ ਉਹ, ਅਤੇ ਜਦੋਂ ਮੁਗਲ ਆਏ ਅਤੇ ਅਪਰਚੂਨਿਸਟ ਕਰਕੇ ਇਹਨਾਂ ਦੇ ਬਣ ਗਏ ਸੀਗੇ ਵਜ਼ੀਰ ਅਤੇ ਦੀਵਾਨ, ਅਤੇ ਇਹਨਾਂ ਲਈ ਪੈਸੇ ਇਕੱਠੇ ਕਰਦੇ ਸੀ ਲੋਕਾਂ ਨੂੰ ਤਸੀਹੇ ਦੇ ਕੇ। ਅਤੇ ਭਾਈ ਲਾਲੋ ਦੇ ਸਤਿਗੁਰੂ ਨਾਨਕ ਦੇਵ ਜੀ ਗਏ ਸੀ, ਉਹਦੀ ਰੋਟੀ 'ਚ ਦੁੱਧ ਨਿਕਲਿਆ, ਜਿਹੜਾ ਉੱਥੇ ਦਾ ਦੀਵਾਨ ਸੀਗਾ ਉਹਦੇ 'ਚ ਖੂਨ ਨਿਕਲਿਆ। ਅਤੇ ਜਦੋਂ ਫਿਰ ਹਮਲਾ ਕੀਤਾ ਉਹਨਾਂ ਨੇ ਆਪਣੇ ਅਫਗਾਨਾਂ ਦੇ ਦੋਹਾਂ ਨੇ, ਉੱਦਾਂ ਉਹਨਾਂ ਦੀ ਬੇਇੱਜ਼ਤੀ ਹੋਈ ਖੂਬ, ਅਤੇ ਫਿਰ ਆਪੇ ਸਤਿਗੁਰੂ ਨਾਨਕ ਜੀ ਕਹਿੰਦੇ ਵੀ ਆਪੇ ਹੀ ਇਹਨੇ ਕੀਤਾ ਹੈਗਾ,
ਲਾਲਚ ਦੀ ਖਾਤਰ ਇਹਨਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕੀਤਾ ਅਤੇ ਇਸ ਕਰਕੇ ਉਹ ਆਦਮੀ ਆਉਂਦਾ ਰਾਜ ਕਰਨ ਲਈ ਜਿਹਦੀ ਨੀਅਤ ਸਾਫ਼ ਹੈਗੀ। ਜਿਹੜਾ ਬਦ ਨੀਅਤ ਵਾਲਾ ਆਦਮੀ ਹੁੰਦਾ ਉਹਨੂੰ ਪਰਮਾਤਮਾ ਕੱਢ ਦਿੰਦਾ ਹੈਗਾ। ਮਿਡਲ ਈਸਟ 'ਚ ਰੋਮਨ ਆਏ ਸੀਗੇ, ਉਹਨਾਂ ਦੀ ਨੀਅਤ ਇਹਨਾਂ ਜੂਹਾਂ ਨਾਲ ਚੰਗੀ ਸੀਗੀ ਅਤੇ ਆਪਣੇ ਮੁਲਕ 'ਚ ਇਹ ਖੱਤਰੀਆਂ ਦਾ ਕਲਯੁਗ ਹੈਗਾ। ਖੱਤਰੀਆਂ ਨਾਲੋਂ ਜਿਹਨਾਂ ਦੀ ਰੂਹ ਜਿਹਨਾਂ ਦੀ ਚੰਗੇ ਸੀਗੇ ਨੀਅਤ ਉਹ ਆ ਕੇ ਰਾਜ ਕਰ ਗਏ ਨੇ। ਪਹਿਲਾਂ ਮੁਗਲ ਕਰ ਗਏ ਸੀਗੇ ਨੀਅਤ ਸਾਫ਼, ਫਿਰ ਆਪਣੇ ਬ੍ਰਿਟਿਸ਼ ਆਏ ਸੀ। ਜਦੋਂ ਇਹਨਾਂ ਦੀ ਬਦ ਨੀਅਤ ਹੋ ਜਾਂਦੀ ਫਿਰ ਪਲਟਿਆ ਜਾਂਦਾ ਹੈਗਾ। ਅਤੇ ਇਸ ਦੇ ਸੁਣ ਕੇ ਹੁਣ ਤੁਸੀਂ ਇਹ ਮੈਂ ਕਰ ਰਿਹਾ ਭਗਤ ਕਬੀਰ ਜੀ ਦੇ ਸਲੋਕ, ਕਹਿੰਦੇ ਇਹ ਭਗਤ ਕਬੀਰ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਗਰ ਪਹਿਲਾ ਹਰ ਏਕਮਕਾਰ ਸਤ ਗੁਰ ਪ੍ਰਸਾਦ। ਹਰ ਏਕਮਕਾਰ ਪੜ੍ਹਨ, ਏਕਮਕਾਰ ਨਹੀਂ ਪੜ੍ਹਨਾ ਇਹਨੂੰ, ਇਹ ਹਰੀ ਓਮ ਸ਼ਾਂਤੀ ਤੋਂ ਬਣਿਆ ਹੈਗਾ ਹਰ ਏਕਮਕਾਰ। ਸਤ ਗੁਰ ਪ੍ਰਸਾਦ, ਸਤ ਦਾ ਗੁਰ, ਗੁਰ ਹੁੰਦਾ ਢੰਗ, ਸਤ ਦਾ ਗੁਰ ਜਿਹੜਾ ਹੈਗਾ ਉਹ ਲੋਜੀਕਲ ਰੀਜਨਿੰਗ ਹੈਗਾ। ਸਤਿਗੁਰ ਪ੍ਰਸਾਦ ਉਹਦਾ ਜਿਹੜਾ ਐਂਡ ਪ੍ਰੋਡਕਟ ਹੁੰਦਾ ਨਾ ਲੋਜੀਕਲ ਰੀਜਨ ਹੈ, ਉਹਨੂੰ ਲੋਗੋ ਕਹੀਦਾ। ਲੋਗੋ ਹੈਗਾ ਉਹਦਾ ਨਾਮ, ਉਹਦਾ ਪ੍ਰਸਾਦ ਹੈਗਾ ਨਾਮ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਿ ਵੇਦ ਪੁਰਾਣ ਸਭੇ ਮਤ ਸੁਣ, ਵੇਦਾਂ ਦੀ ਅਤੇ ਪੁਰਾਣਾਂ ਦੀ ਸਭੇ ਮਤ ਜਿਹੜੀ ਅਕਲ ਉਹਨਾਂ ਨੇ ਦਿੱਤੀ ਹੈਗੀ ਸੁਣ ਕੇ ਕਰੀ ਕਰਮ ਕੀ ਆਸਾ। ਜਦੋਂ ਉਹਦੀ ਤੁਸੀਂ ਕਰਦੇ ਹੋ ਜਿੱਦਾਂ ਉਹ ਕਹਿੰਦੇ ਨੇ ਵੇਦਾਂ ਪੁਰਾਣੇ 'ਚ, ਅਤੇ ਉੱਦਾਂ ਦੇ ਕਰਮ ਕਰਦੇ ਹੈ, ਕਰਮ ਖਾਂਡ ਨਾਲ ਤੁਹਾਨੂੰ ਕੱਪੜਾ ਮਿਲਦਾ ਹੈਗਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੀਵਾਰ। ਫਿਰ ਆਸ ਕਰੀਦੀ ਹੈਗੀ ਵੀ ਸਾਨੂੰ ਅਗਲੇ ਜਦੋਂ ਜਨਮ ਹੋਇਆ ਸਾਨੂੰ ਆਦਮੀ ਦਾ ਜਨਮ ਦੇਈ। ਕਾਲ ਗ੍ਰਸਤ ਸਭ ਲੋਕ ਸਿਆਣੇ ਉੱਠ ਪੰਡਿਤ ਪੈ ਚਲੇ ਨਿਰਾਸਾ। ਕਾਲ ਯਾਨੀ ਕਿ ਜਿਹੜੀ ਮੌਤ ਹੈਗੀ ਉਹਦਾ ਜਿਹੜਾ ਹੈਗਾ ਸਾਰਿਆਂ ਨੇ ਜਾਣਾ ਹੈਗਾ, ਜੋ ਜੰਮਿਆ ਸੋ ਮਰੇਗਾ। ਸਭ ਲੋਕ ਸਿਆਣੇ, ਕਹਿੰਦੇ ਸਾਰੇ ਲੋਕ ਸਿਆਣੇ ਹੈਗੇ ਜਦੋਂ ਪੜ੍ਹ ਲਿਖ ਜਾਂਦੇ ਨਾ ਵੇਦ ਕ੍ਰਿਤਕਾਂ ਵਾਸਤੇ, ਜਿੱਦਾਂ ਆਕਸਫੋਰਡ ਯੂਨੀਵਰਸਿਟੀ ਜਾਂ ਹੋਰਾਂ 'ਚ ਹੈਗੇ ਨੇ, ਥਿਓਲੋਜੀਅਨ ਹੈਗੇ ਨੇ, ਪੜ੍ਹੇ ਹੋਏ ਨੇ, ਉਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਨੇ। ਉੱਠ ਪੰਡਿਤ ਪੈ ਚਲੇ ਨਿਰਾਸਾ, ਫਿਰ ਵੀ ਉਹਨਾਂ ਦੀ ਜਿਹੜੀ ਮਨ ਦੀ ਤਸੱਲੀ ਹੁੰਦੀ ਉਹ ਨਹੀਂ ਪੂਰੀ ਹੁੰਦੀ, ਮਨ ਉਹਨਾਂ ਦਾ ਫਿਰ ਵੀ ਭਟਕਦਾ ਹੈਗਾ। ਮਨ ਰੇ ਸਰੀਓ ਨਾ ਏਕੇ ਕਾਜਾ। ਭਗਤ ਕਬੀਰ ਜੀ ਕਹਿੰਦੇ ਨੇ ਇਹ ਮਨ ਤੇਰਾ ਇੱਕ ਵੀ ਨਹੀਂ ਕਾਜ ਸਰਿਆ, ਇਹ ਪੜ੍ਹ ਲਾ ਤੂੰ ਪੰਡਿਤ ਵੇਦ ਪੜ੍ਹ ਲਾ। ਜਿੱਦਾਂ ਹੈਗਾ ਨਾ ਕਹਿੰਦੇ ਲੋਕੀ ਮੈਂ ਇਹ ਸੱਤ ਪੰਜ ਪੌੜੀਆਂ ਦਾ ਕਰਦਾ ਪਾਠ ਰੋਜ਼, ਮੈਂ ਆਹ ਕਰਦਾ ਉਹ ਕਰਦਾ, ਪਰ ਇੱਦਾਂ ਹੀ ਉਹ ਇਹ ਕਰਦੇ ਸੀਗੇ ਜਿਹੜੇ ਵੇਦ ਕਰਦੇ ਪੁਰਾਣ ਪੜ੍ਹਦੇ ਸੀਗੇ, ਪਰ ਸਾਰੇ ਪੜ੍ਹਨ ਨਾਲ ਇੱਕ ਵੀ ਨਹੀਂ ਕਾਜ ਹੁੰਦਾ ਸਹੀ, ਕਿਉਂ ਜਿੰਨਾ ਚਿਰ ਤੁਸੀਂ ਨਾਮ ਨਾ ਜਪੋ। ਭੱਜਿਓ ਨਾ ਰਘੂਪਤ ਰਾਜਾ, ਜਦੋਂ ਤੁਸੀਂ ਉਹਦਾ ਨਾਮ ਨਹੀਂ ਨਾ ਜਪਦੇ ਜਿੰਨਾ ਚਿਰ ਉਹਨਾਂ ਤੁਹਾਡਾ ਇੱਕ ਵੀ ਨਹੀਂ ਕਾਜ ਪੂਰਾ ਹੁੰਦਾ। ਉਹ ਕਿੱਦਾਂ ਜਪ ਹੁੰਦਾ ਹੈਗਾ ਲੋਗੋ ਨਾਲ, ਲੋਜੀਕਲ ਰੀਜਨਿੰਗ ਨਾਲ। ਰਹਾਓ ਵਨਖੰਡ ਜਾਏ ਜੋਗ ਤਪ ਕਿਨੋ, ਕਹਿੰਦੇ ਵੀ ਉਹ ਚਲੇ ਜਾਂਦੇ ਨੇ ਆਪਣੇ ਘਰ ਬਾਰ ਛੱਡ ਕੇ ਅਤੇ ਉੱਥੇ ਬਨ ਹੈਗੀ ਜੰਗਲਾਂ 'ਚ ਜਾ ਕੇ ਅਤੇ ਉੱਥੇ ਬਹਿ ਜਾਂਦੇ ਨੇ ਜਾਂ ਹੋਰ ਖੰਡਾਂ 'ਚ ਕਿਸੇ 'ਚ, ਅਤੇ ਉੱਥੇ ਜਾ ਕੇ ਯੋਗ ਤਪ ਕਰਦੇ ਨੇ। ਕੰਧ ਮੂਲ ਯਾਨੀ ਕਿ ਜਿਹੜੀਆਂ ਜੜ੍ਹਾਂ ਬੂਟੀਆਂ ਹੁੰਦੀਆਂ, ਜਿਹੜਾ ਜੜ੍ਹਾਂ 'ਚ ਹੁੰਦਾ ਫਲ ਕੁਝ ਦਾ, ਕੋਈ ਮੂਲੀ ਹੋਈ, ਗਾਜਰ ਹੋਈ, ਇੱਦਾਂ ਦੇ ਜਿਹੜੇ ਹੈਗੇ
ਕਸਾਵਾ ਹੋਇਆ, ਇਹ ਜਿੱਦਾਂ ਸ਼ਕਰਕੰਦੀ ਹੋਈ, ਇੱਦਾਂ ਦੀਆਂ ਚੀਜ਼ਾਂ ਖਾਂਦੇ ਨੇ, ਚੁਣ ਖਾਇਆ, ਚੁਣ ਕੇ ਉਹ ਖਾਂਦੇ ਨੇ। ਨਾਦੀ ਬੇਦੀ ਸਭ ਦੀ ਮੋਨੀ, ਨਾਦੀ ਗਾ ਕੇ ਅਤੇ ਬੇਦੀ ਹੈਗਾ ਪੜ ਪੁੜ ਕੇ ਆਪਣੇ ਵੇਦਾਂ ਨੂੰ। ਸ਼ਬਦੀ ਮੋਨੀ ਅਤੇ ਕਈ ਅੱਗੇ ਸ਼ਬਦੀ ਮੋਨੀ ਦਾ ਮਤਲਬ ਵੀ ਬੋਲਦੇ ਨਹੀਂ, ਚੁੱਪ ਧਾਰੀ ਹੁੰਦੀ ਉਹਨਾਂ ਨੇ ਵੀ ਆਹ ਹੈਗਾ ਜੀ, ਇਹ ਕੀ ਹੈਗਾ, ਇਹ ਬੋਲਦਾ ਨਹੀਂ ਹੈਗਾ, ਬੋਲਦਾ ਨਹੀਂ ਤਾਂ ਮਰੇ ਅਤੇ ਜਿੰਦੇ 'ਚ ਕੀ ਫਰਕ ਹੈਗਾ, ਇਹਦੇ ਨਾਲ ਤਾਂ ਮਰ ਜਾ ਤਾਂ ਚੰਗਾ ਹੈਗਾ, ਉੱਥੇ ਉਹ ਵੀ ਨਹੀਂ ਬੋਲਦਾ। ਜੰਮ ਕੇ ਪੇਟ ਪਟੇ ਲਿਖਾਇਆ, ਇਹ ਸਾਰੇ ਜਿਹੜੇ ਜੰਮ ਦੇ ਪਟੇ ਜਾਂਦੇ ਨੇ, ਇਹਨਾਂ ਨੂੰ ਜੰਮ ਲੈ ਕੇ ਚਲੇ ਜਾਂਦਾ ਹੈਗਾ, ਇਹਨਾਂ ਦੀ ਮੁਕਤੀ ਨਹੀਂ ਹੁੰਦੀ। ਭਗਤ ਭਗਤ ਨਾਰਦੀ ਹਿਰਦੇ ਨਾ ਆਈ, ਭਗਤ ਨਾਰਦੀ, ਭਗਤ ਜਿਹੜੀ ਨਾਰਦੀ ਯਾਨੀ ਉਹਦਾ ਜਿਹੜਾ ਖੁਸ਼ਖਬਰੀ, ਹਿਰਦੇ ਨਾ ਆਈ, ਦਿਲ 'ਚ ਨਹੀਂ ਆਈ। ਕਾਸ਼ ਕੁਛ ਤਨ ਦੀਨੇ, ਅਤੇ ਇਹ ਜਿਹੜਾ ਤਨ ਹੈਗਾ ਫਿਰ ਨਿਕੰਮਾ ਚਲੇ ਜਾਂਦਾ, ਕੋਈ ਬਗੈਰ ਇਹਦੇ ਕੁਛ ਨਹੀਂ, ਕੁਛ ਕਿਸੇ ਕੰਮ ਦਾ ਨਹੀਂ ਹੈਗਾ। ਰਾਗ ਰਾਗਨੀ ਡੰਮ ਹੋਏ, ਰਾਗ ਰਾਗਨੀ ਡੰਮ ਹੋਏ, ਬੈਠਾ ਉਨ ਹਰ ਪੇ ਕਿਆ ਲੀਨਾ। ਰਾਗ ਰਾਗਨੀ ਡੰਬ, ਡੰਬ ਕੀ ਹੈਗਾ, ਅੱਛਾ ਡੰਬ ਪਖੰਡ, ਯਾਨੀ ਕਿ ਆਪਣੇ ਵੇਦਾਂ ਦੇ ਜਿੱਦਾਂ ਹੈਗਾ ਉਹ ਜਾਂ ਹੋਰ ਸੁਣਾ ਸੁਣਾ ਕੇ ਨਾ ਲੋਕਾਂ ਨੂੰ ਰਾਗ ਕੱਢ ਕੱਢ ਕੇ ਜਿੱਦਾਂ ਕਰਦੇ ਨੇ, ਵਜਾਉਂਦੇ ਨੇ ਬੀਨਾ ਤੇ ਇੱਦਾਂ ਹੋਰ, ਤੇ ਇਹਦੇ ਨਾਲ ਇਹ ਡੰਬ ਪਖੰਡ ਕਏ ਹੋਏ, ਬੈਠਾ ਉਨ ਹਰ ਹਰ ਉਨ ਹਰ ਪੇ ਕਿਆ ਲੀਨਾ, ਉਹਨਾਂ ਨੇ ਹਰ ਦੇ ਨਾਲ ਕੀ ਲੈਣਾ ਹੈਗਾ। ਹਰ ਤਾਂ ਉਹ ਉੱਥੋਂ ਪਤਾ ਲੱਗਿਆ, ਇਹ ਹਰਿਮੰਦਰ ਉਹ ਜਿੱਥੋਂ ਹਰ ਜਾਤਾ, ਜੇ ਤੁਹਾਡੇ 'ਚ ਹਰਿਮੰਦਰ ਹੈਗਾ ਤਾਂ ਤੁਹਾਡੇ ਤੋਂ ਲੋਕ ਹਰ ਦਾ ਪਤਾ ਕਰਨਗੇ। ਜੇ ਪਖੰਡੀ ਹੈਗੇ ਆ, ਆਪਣੇ ਪਖੰਡ ਲਾ ਰਚੇ ਹੋਏ ਨੇ, ਕੱਪੜੇ ਪਾ ਲੈ, ਢੋਲ ਵਜਾ ਲੈ, ਸਭ ਕੁਛ ਕਰ ਲਿਆ, ਜੇ ਪਖੰਡੀ ਹੈਗੇ ਤਾਂ ਹਰ ਨਹੀਂ ਅੰਦਰ ਹੈਗਾ, ਲੋਭੀ ਹੈਗੇ ਆ। ਇਹ ਕਲਯੁਗ ਲੋਭ ਦੋਭ ਦਾ ਨਾ, ਲੋਭ ਦਾ ਹੈਗਾ ਜਿਹੜਾ ਚੜਿਆ ਕਮਾਨ, ਤੇ ਉਹਨਾਂ ਦੇ ਨਹੀਂ, ਉਹਨਾਂ ਨੂੰ ਕੁਛ ਨਹੀਂ ਪਤਾ ਲੱਗ ਪਿਆ ਕਿਆ ਲੀਨਾ, ਉਹਨੂੰ ਹਰਦੇ ਨੂੰ ਕੁਛ ਨਹੀਂ ਪਤਾ ਇਹਨਾਂ ਚੀਜ਼ਾਂ ਦਾ, ਉਹ ਪਖੰਡਾਂ 'ਚ ਨਹੀਂ ਆਉਂਦਾ, ਉਹਦਾ ਤਾਂ ਦਿਲ ਸਾਫ ਚਾਹੀਦਾ ਉਹਦੇ ਲਈ, ਜਿੱਦਾਂ ਇੱਕ ਛੋਟੇ ਜਿਹੇ ਬੱਚੇ ਦਾ ਹੁੰਦਾ। ਪਰਿਓ ਕਾਲ ਸਭੇ ਜੱਗ ਉੱਪਰ, ਕਹਿੰਦੇ ਸਾਰਿਆਂ ਨੇ ਮਰਨਾ ਹੈਗਾ। ਮਾਹੇ ਲਿਖੇ ਬ੍ਰਹਮ ਗਿਆਨੀ, ਮਾਹੇ ਲਿਖੇ ਬ੍ਰਹਮ ਗਿਆਨੀ, ਜਿਹੜਾ ਬ੍ਰਹਮ ਗਿਆਨੀ ਜਿਹੜਾ ਹੈਗਾ ਉਹ ਜਿਹੜਾ ਗਿਆਨੀ ਉਹ ਜੋ ਆਪ ਵਿਚਾਰੇ, ਤੇ ਜਿਹੜਾ ਹੈਗਾ ਲਿਖਦਾ ਹੈਗਾ ਨਾ ਆਪਣੇ ਵੀ ਤੇ ਕਰਦਾ ਹੈਗਾ, ਉਹਦੇ ਤੇ ਵੀ ਕਾਲ ਆਉਣਾ ਹੈਗਾ। ਕਹੋ ਕਬੀਰ ਜਨ ਭੈ ਖਾਲਸੇ, ਜੋ ਕਹੋ ਕਬੀਰ, ਕਹਿੰਦੇ ਕਬੀਰ ਜੀ ਕਹਿੰਦੇ ਜਨ ਭੈ, ਜਨ ਪੁੱਤਰ ਭੈ ਪੈ ਗਏ, ਖਾਲਸੇ, ਖਾਲਸੇ ਮੈਂ ਹੁੰਦਾ ਖਾਲਸ, ਯਾਨੀ ਕਿ ਉਹਦੇ 'ਚ ਚਾਂਦੀ 'ਚ ਕਾਲਕ ਹੋਵੇ ਨਾ ਉਹ ਨਜ਼ਰ ਆਉਂਦੀ ਹੈਗੀ, ਜਿੱਦਾਂ ਚਾਂਦੀ ਸਾਫ਼ ਹੁੰਦੀ ਹੈਗੀ ਨਾ, ਚਮਕਦੀ ਹੈਗੀ, ਇੱਦਾਂ ਜਦੋਂ ਆਦਮੀ ਦਾ ਦਿਲ ਹੋਵੇ ਉਦੋਂ ਕਹਿੰਦੇ ਖਾਲਸਾ, ਵੀ ਹੁਣ ਤੂੰ ਖਾਲਸ ਹੈਗਾ, ਹੁਣ ਪਿਓਰ ਹੈਗਾ, ਤੇਰੇ 'ਚ ਇੰਪਿਓਰਿਟੀ ਨਹੀਂ ਕੋਈ ਵੀ ਹੈਗੀ, ਮਿਲਾਵਟ ਨਹੀਂ ਕੋਈ ਹੈਗੀ, ਦੁਖਦਾਰੀ ਮਿਲਾਵਟ ਨਾ ਹੋਵੇ, ਪੈਸੇ ਦੀ ਮਿਲਾਵਟ ਨਾ ਹੋਵੇ, ਲੋਭ ਰਤ ਨਾ ਹੋਵੇ, ਤਦ ਖਾਲਸੇ ਪਈਦਾ ਹੈਗਾ। ਖਾਲਸੇ ਪ੍ਰੇਮ ਭਗਤ ਜੈ ਜਾਨੀ,
ਪ੍ਰੇਮ ਭਗਤ ਉਹ ਹੈਗਾ ਭਗਤ ਜਾਂ ਜਾਨੀ ਉਹਨੂੰ ਉਹ ਜਾਣਦਾ ਹੈਗਾ ਸਾਰੀਆਂ ਚੀਜ਼ਾਂ ਜਿਹੜੇ ਖਾਲਸੇ ਹੈਗੇ ਨੇ ਯਾਨੀ ਆਪਣੇ ਆਪ ਉਹਨਾਂ ਨੇ ਪਿਓਰ ਕਰ ਲਿਆ ਖਾਲਸ ਕਰ ਲਿਆ ਕਈ ਜਿਹੜਾ ਅਦੁੱਤ ਖਾਲਸ ਹੈਗੇ ਜੇ ਮਿਲਾਵਟ ਤਾਂ ਨਹੀਂ ਪਾਈ ਏਦਾਂ ਇਹ ਖਾਲਸੇ ਜਿਹੜੇ ਨੇ ਇਹ ਉਹ ਹੈਗੇ ਨੇ ਜਿਹੜੇ ਪਿਓਰੀਟਨ ਨੂੰ ਕਹੀਦਾ ਹੈਗਾ ਤੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ ਜਿਹੜੇ ਖਾਲਸੇ ਸਨ ਔਰ ਕਾਮ ਕ੍ਰੋਹ ਲੋਭ ਮੋਹ ਹੰਕਾਰ ਤੇ ਉਹਨਾਂ ਨੇ ਕਾਬਜ਼ ਪਾਇਆ ਹੋਇਆ ਸੀਗਾ ਜਦੋਂ ਇਹਨਾਂ ਦੇ ਕਾਬਜ਼ ਪੈ ਜਾਏ ਫਿਰ ਆਦਮੀ ਖਾਲਸਾ ਬਣ ਜਾਂਦਾ ਹੈਗਾ ਤੇ ਇਹੋ ਹੀ ਹੈਗਾ ਇੱਕ ਸਮੈਰੀਟਨ ਵੂਮੈਨ ਦੀ ਬੈਲ ਹੈਗਾ ਜੌਨ 4 ਉਹਨੇ 5 ਵਸ ਕੀਤੇ ਹੋਏ ਜੀ ਕਾਮ ਕ੍ਰੋਹ ਲੋਭ ਮੋਹ ਹੰਕਾਰ ਆ ਜਿਹੜੇ ਨਾ ਕਾਮ ਕ੍ਰੋਹ ਲੋਭ ਮੋਹ ਹੰਕਾਰ 5 ਵਸ ਕੀਤੇ ਹੋਏ ਸੀ ਉਹ ਸੀਗੀ ਖਾਲਸੇ ਖਾਲਸ ਸੀਗੀ ਪਿਓਰੀਟਨ ਤੇ ਇਹ ਜਿਹੜੇ ਜੂ ਹੈਗੇ ਨੇ ਉਹਨਾਂ ਨੇ ਕਿਤਾਬੀ ਲੈ ਲਿਆ ਮਤਲਬ ਲੈ ਲਿਆ ਤੇ ਕਹਿੰਦੇ ਉਹਦਾ ਜੀ ਇੱਕ ਪ੍ਰੋਸਟੀਚਿਊਟ ਸੀਗੀ ਜਿਹਦੇ ਕਹਿੰਦਾ ਯੂ ਹੈਵ 5 ਹਸਬੈਂਡ ਦੀ ਵਨ ਲਿਵਿੰਗ ਵਿਦ ਯੂ ਇਜ਼ ਨਾਟ ਯੂਰ ਹਸਬੈਂਡ ਉਹ ਜਿਹੜਾ ਨਹੀਂ ਨਿਸ਼ਨਾ ਰਹਿੰਦਾ ਉਹ ਸੀਗਾ ਸੁਰਤੀ ਨਾਲ ਉਹਨੇ ਨਾਮ ਸਿੱਖਿਆ ਸੀਗਾ ਉਹਦੇ ਕੋਲ ਸੁਰਤੀ ਨਾਲ ਨਾਮ ਆਇਆ ਸੀਗਾ ਉਹਨੇ ਕਿਤਾਬਾਂ ਨਹੀਂ ਸੀ ਪੜ੍ਹੀਆਂ ਜਿਹੜੇ ਉੱਥੇ ਹੁੰਦੇ ਸੀ ਜਰੂਸਲਮ ਅਤੇ ਹੋਰ ਹੁੰਦੇ ਸੀਗੇ ਜਿਹੜੇ ਸਿਨੇਗੋਗ ਵਿੱਚ ਰਬਾਈ ਵਗੈਰਾ ਉਹ ਕਿਤਾਬਾਂ ਪੜ੍ਹੀਆਂ ਹੁੰਦੀਆਂ ਸੀ ਉਹਨਾਂ ਨੂੰ ਬੜਾ ਹੁੰਦਾ ਸੀ ਹੰਕਾਰ ਵੀ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਅਤੇ ਜਰੂਸਲਮ ਵਾਲੇ ਕਹਿੰਦੇ ਸੀ ਇਹਨੇ ਕੀ ਪੜ੍ਹਿਆ ਹੈਗਾ ਇਹ ਤਾਂ ਸਕੂਲ ਵੀ ਨਹੀਂ ਆਇਆ ਇਹਨੂੰ ਕੀ ਪਤਾ ਐਵੇਂ ਬਕਵਾਸ ਕਰੀ ਜਾਂਦਾ ਹੈਗਾ ਅਤੇ ਇਸ ਤਰ੍ਹਾਂ ਹੁੰਦਾ ਇਹ ਜਿਹੜਾ ਇਲਮ ਹੈਗਾ ਇਹ ਅਕਾਲ ਪੁਰਖ ਦਿੰਦਾ ਹੈਗਾ ਕਿਤਾਬਾਂ ਪੜ੍ਹਨ ਨਾਲ ਨਹੀਂ ਆਉਂਦਾ ਇਹੋ ਕਿਤਾਬਾਂ ਪੜ੍ਹ ਕੇ ਤੁਸੀਂ ਤਾਂ ਉਲਟੇ ਰਾਹ ਪੈ ਜਾਂਦੇ ਕਿਉਂ ਕਿਤਾਬਾਂ ਹੈਗੀਆਂ ਪੁਰਾਣੀ ਸ਼ਰਾਬ ਅੱਖਰ ਜਿਹੜੇ ਨੇ ਪੁਰਾਣੀ ਸ਼ਰਾਬ ਜਦੋਂ ਤੁਸੀਂ ਪੀ ਲਓ ਅਤੇ ਫਿਰ ਚੜ੍ਹ ਜਾਂਦੀ ਜਦੋਂ ਫਿਰ ਕਹਿੰਦਾ ਪੁਰਾਣੀ ਸ਼ਰਾਬ ਚੰਗੀ ਹੈਗੀ ਨਵੀਂ ਨਹੀਂ ਮੈਨੂੰ ਚਾਹੀਦੀ ਨਵੀਂ ਦਾ ਸਵਾਦ ਨਹੀਂ ਨਾ ਚੱਖਿਆ ਸਵਾਦ ਤਾਂ ਚੱਖੇਗਾ ਜੋ ਪੁਰਾਣੀ ਸ਼ਰਾਬ ਕੱਢੂਗਾ ਅੰਦਰੋਂ ਧੋਵੇਗਾ ਅਤੇ ਆਪਣਾ ਦਿਲ ਸਾਫ਼ ਕਰੇਗਾ ਜਿੱਦਾਂ ਇੱਕ ਬੱਚੇ ਦਾ ਹੁੰਦਾ ਫਿਰ ਅੰਦਰ ਆ ਕੇ ਨਵੀਂ ਸ਼ਰਾਬ ਆਪਣਾ ਟਿਕਾਣਾ ਰੱਖਦੀ ਹੈਗੀ ਅਤੇ ਇਹ ਜਿਹੜਾ ਹੈਗਾ ਕਲਯੁੱਗ ਵਿੱਚ ਤੁਸੀਂ ਘਰ ਬੈਠੇ ਹੀ ਅਕਾਲ ਪੁਰਖ ਦਾ ਨਾਮ ਜਪ ਸਕਦੇ ਹੈਗੇ ਅਤੇ ਸਾਊਥ ਇੰਡੀਆ 'ਚ ਆਇਆ ਸੀ ਥੋਮਸ ਆਇਆ ਸੀਗਾ ਜੀਜ਼ ਦਾ ਇੱਕ ਅਪੋਸਲ ਉਹਨੇ ਪ੍ਰਚਾਰ ਕੀਤਾ ਸੀਗਾ ਪਰ ਸਾਊਥ ਇੰਡੀਆ ਵਿੱਚ ਸ਼ਰਮ ਹੈਗੀ ਉੱਥੇ ਧਰਮ ਹੈਗਾ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਉਹ ਕੂੜ ਨਹੀਂ ਸੀ ਬੋਲਦੇ ਸੱਚੇ ਸੀਗੇ ਅਤੇ ਉਹਨਾਂ ਨੇ ਜਦੋਂ ਪ੍ਰਚਾਰ ਕੀਤਾ ਲੋਕਾਂ ਨੂੰ ਉਹ ਗ੍ਰਿਸ਼ਤੀ ਸੀਗੇ ਅਤੇ ਉਹ ਬਾਹਮਣ ਕਹਿੰਦੇ ਅਸੀਂ ਤਾਂ ਨਿਕੰਮੇ ਨਹੀਂ ਹੋਏ ਜਦੋਂ ਨਿਕੰਮੇ ਹੋਵਾਂਗੇ ਨਾ ਫਿਰ ਇਹ ਤੇਰਾ ਨਾਮ ਜਪਣਗੇ ਉਹਨਾਂ ਨੇ ਫਿਰ ਮਾਰ ਦਿੱਤਾ ਸੀ ਉਹਨੂੰ ਅਤੇ ਇਸ ਤਰ੍ਹਾਂ ਹੈਗਾ ਵੀ ਇਹ ਤੁਸੀਂ ਕਲਯੁੱਗ ਵਿੱਚ ਇਹ ਪੰਡਿਤ ਲੋਕ ਅੰਨੇ ਹੋ ਜਾਂਦੇ ਨੇ ਮੰਨਦੇ ਫਿਰ ਤੁਸੀਂ ਘਰ ਬੈਠੇ ਹੀ ਨਾਮ ਜਪ ਸਕਦੇ ਹੋ ਅਤੇ ਇਹ ਜਿਹੜਾ ਹੈਗਾ ਇਹਦੇ 'ਚ ਜਿਹੜਾ ਪਾਪ ਪੁੰਨ ਨਹੀਂ ਹੁੰਦਾ ਕਲਯੁੱਗ ਵਿੱਚ ਇਹਦੇ 'ਚ ਨੀਅਤ ਦਾ ਫਲ ਹੈਗਾ ਅਤੇ ਇੱਥੇ ਮੈਂ ਤੁਹਾਨੂੰ ਛੱਡ ਦਿੰਦਾ ਹੁਣ ਆ ਗਈ ਕੋਈ ਕਾਲ